जाय जी छोटी एक साड़ी नूह सी एक मेरा भतीजा सी मिलिट्री च लगा सी आर्मी च फौजी सी व्याह तो चले सी पिंड नूं जा रहे सी अगे जाके कितें ट्राले च वज्जिया जा के डैथ तिन्ना दी हो गई जी दो एक लेडी दो एक लेडी दो लेडी एक बच्चा ये मेरा पोतरा सी एक मेरी कोई पालीवाले का फौजी सीगा उसकी सिस्टर के घर फंक्शन सी विआह का खड़े ट्रक के अगों गड्डी एक साइड तो एक तो बच्चा हैगा करीब पांच छे महीने का और उस तो बिना यदि बच्चे की मदर है यदि फौजी की वाइफ है और एक यदि मदर है फौजी की गंगानगर की ना से जिन्ना डेथ हुई है प्रकाश कौर एक ना जी ਦੂਜੀ ਤਰ੍ਹਾਂ ਕੀ ਨਾਂ ਤੁਹਾਡੀ ਮੋਂਡਕਾ ਜੀ ਅੱਛਾ ਬੱਚੇ ਦਾ ਕੀ ਨਾਂ ਸੀ ਬੱਚੇ ਦਾ ਨਾਂ ਕੀ ਰੱਖਿਆ ਸੀ ਕਿੰਨੇ ਸਾਲ ਦਾ ਬੱਚਾ ਸੀ ਤਿੰਨ ਕੁ ਮਹੀਨੇ ਦਾ ਚਾਰ ਦਾ ਹੈਗਾ ਜੀ ਚਾਰ ਪੰਜ ਮਹੀਨੇ ਦਾ ਹੋਵੇਗਾ ਤੇ ਜਿਹੜੇ ਜ਼ਖਮੀ ਨੇ ਉਹ ਕੌਣ ਨੇ ਜੀ ਉਹ ਅਗੇ ਮੁਖਤਾਰ ਸਿੰਘ ਇੱਕ ਨਾਂ ਅੱਛਾ ਜਿਹੜਾ ਸਿੰਦਰ ਸਿੰਘ ਮੇਰੇ ਇੱਕ ਮੇਰਾ ਭਰਾ ਇੱਕ ਮੇਰਾ ਭਤੀਜਾ ਹੈ ਫਰੀਦਕੋਟ ਰੈਫਰ ਨੇ ਨਹੀਂ ਇੱਥੇ ਗੰਗਾਨਗਰ ਗੰਗਾਨਗਰ ਹਾਂਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਐਕਸੀਡੈਂਟ ਹੋਇਆ ਸਾਨੂੰ ਤਾਂ ਪੱਤਰ ਰਾਤੀ ਫੋਨ ਗਿਆ ਸੀ ਸਾਨੂੰ ਪੱਤਰ ਠੀਕ ਹੈ ਕੀ ਹਾਦਸਾ ਕੀ ਵਾਪਰਿਆ ਜਿਹੜਾ ਫਿਰੋਜ਼ਪੁਰ ਰੋਡ 'ਤੇ ਵਾਪਰਿਆ ਇਹ ਰਾਤ ਕਰੀਬ 2 ਵਜੇ ਦੀ ਗੱਲ ਹੈ ਕੋਈ ਪਾਲੀਵਾਲੇ ਦਾ ਫੌਜੀ ਸੀਗਾ ਉਸਦੀ ਸਿਸਟਰ ਦੇ ਘਰ ਫੰਕਸ਼ਨ ਸੀ ਵਿਆਹ ਦਾ ਕਰੀਬ 2 ਵਜੇ ਉਹ ਇੱਥੋਂ ਨਿਕਲੇ ਨੇ ਅਤੇ ਵਾਧੇ ਦੇ ਸਾਹਮਣੇ ਇੱਕ ਢਾਬਾ ਬਣਿਆ ਜੋਗਿੰਦਰ ਢਾਬਾ ਉੱਥੇ ਟਰੱਕ ਖੜ੍ਹਾ ਸੀਗਾ ਜਦੋਂ ਡਿਸਬੈਲੈਂਸ ਹੋ ਕੇ ਜਿਹੜੀ ਇਹਦੀ ਕਾਰ ਹੈ ਅਤੇ ਉਹਦੇ ਵਿੱਚ ਵੱਜ ਗਈ ਹੈ ਜਿਸ ਕਾਰਨ ਕਰੀਬ 3 ਜਣਿਆਂ ਦੀ ਮੌਤ ਹੋ ਗਈ ਮੌਕੇ 'ਤੇ ਜਿਹੜਾ ਡਰਾਈਵਰ ਆ ਫੌਜੀ ਉਹ ਸੀਰੀਅਸ ਹੈ ਔਰ ਉਹਦੇ ਫਾਦਰ ਸਾਹਿਬ ਵੀ ਜਿਹੜੇ ਹੈਗੇ ਐਡਮਿਟ ਇਹ ਕੀ ਨਾਂ ਸੀਗੇ ਕਿੱਥੋਂ ਦੇ ਰਹਿਣ ਵਾਲੇ ਸੀਗੇ ਪਾਲੀ ਵਾਲੇ ਦੀ ਸੀ ਇਹ ਪਾਲੀ ਵਾਲੇ ਦੇ ਰਹਿਣ ਵਾਲੇ ਸੀ ਹੁਣ ਇਹਨਾਂ ਦੇ ਜਿਹੜੇ ਵਾਰਸ ਸਾਡੇ ਕੋਲ ਆ ਰਹੇ ਨੇ ਉਹਨਾਂ ਦੇ ਬਿਆਨ ਦਰਜ ਕਰਕੇ ਅਸੀਂ ਜੋ ਵੀ ਕਾਰਵਾਈ ਬਣੀ ਗਈ ਉਸ ਕਰਾਂਗੇ ਇਹ ਐਕਸੀਡੈਂਟ ਹੋਇਆ ਕਿਵੇਂ ਜੀ ਕਿੱਥੇ ਕਰਕੇ ਹੋਇਆ ਅਤੇ ਕਿਹਦੇ 'ਚ ਵੱਜੀ ਗੱਡੀ ਜੀ ਇਹ ਜਿਹੜੀ ਕਾਰ ਹੈ ਇਹ ਇੱਧਰੋਂ ਗਏ ਸੀ ਫਾਜ਼ਿਲਕਾ ਦੀ ਤਰਫੋਂ ਗਏ ਨੇ ਇਹ ਫਿਰੋਜ਼ਪੁਰ ਵੱਲ ਕਿਉਂਕਿ ਇਹ ਪਾਲੀ ਵਾਲਾ ਪਿੰਡ ਹੈ ਜਲਾਲਾਬਾਦ ਦੇ ਨੇੜੇ ਉੱਥੋਂ ਰਹਿਣ ਵਾਲੇ ਸੀ ਇੱਥੋਂ ਵਾਧੇ ਦੇ ਕਰੀਬ ਇੱਕ ਹੈ ਜੋਗਿੰਦਰ ਢਾਬਾ ਉਹਦੇ ਨੇੜੇ ਆ ਹਾਦਸਾ ਜਿਹੜਾ ਵਾ ਨਹੀਂ ਟਰੱਕ ਆ ਰਿਹਾ ਸੀਗਾ ਸਾਹਮਣੇ ਤੋਂ ਆ ਰਿਹਾ ਸੀਗਾ ਨਹੀਂ ਟਰੱਕ ਆ ਜਿਹੜਾ ਉਹ ਖੜ੍ਹਾ ਸੀ ਢਾਬੇ ਦੇ ਉੱਤੇ ਉਹ ਖੜ੍ਹੇ ਸੀਗੇ ਚਾਹ ਪੀ ਲਈ ਖੜ੍ਹੇ ਟਰੱਕ ਦੇ ਵਿੱਚ ਅੱਗੋਂ ਗੱਡੀ ਇੱਕ ਸਾਈਡ ਤੋਂ ਕਿੰਨੀ ਕਿੰਨੀ ਉਮਰ ਦੇ ਬੰਦੇ ਜਿਹੜੇ ਹੈਗੇ ਨੇ ਜਿਨ੍ਹਾਂ ਦੀ ਮੌਤ ਹੋਈ ਜੀ ਇੱਕ ਤਾਂ ਬੱਚਾ ਹੈਗਾ ਕਰੀਬ 5-6 ਮਹੀਨੇ ਦਾ ਔਰ ਉਸ ਤੋਂ ਬਿਨਾਂ ਇਹਦੀ ਬੱਚੇ ਦੀ ਮਦਰ ਹੈ ਇਹਦੀ ਫੌਜੀ ਦੀ ਵਾਈਫ ਹੈ ਔਰ ਇੱਕ ਇਹਦੀ ਮਦਰ ਹੈ ਫੌਜੀ ਦੀ ਜਿਨ੍ਹਾਂ ਦੀ ਉਮਰ ਕਰੀਬ ਲੇਡੀ ਜਿਹੜੀ ਇੱਕ ਤਾਂ ਹੈਗੀ ਕਰੀਬ 50-60 ਸਾਲ ਔਰ ਦੂਸਰੀ ਹੈਗੀ ਕਰੀਬ 30-40 ਸਾਲ ਰਿਸ਼ਤੇ ਦੀ ਗੱਲ ਕਰੀਏ ਤਾਂ ਦੋਨਾਂ ਦਾ ਰਿਸ਼ਤਾ ਕੀ ਸੀਗਾ ਜਿਹੜੀ ਲੇਡੀ ਸੀਗੀ ਇੱਕ ਤਾਂ ਇਹਨਾਂ ਦੀ ਹਸਬੈਂਡ ਵਾਈਫ ਹੈ ਇੱਕ ਉਹ ਫੌਜੀ ਦੀ ਮਦਰ ਹੈ ਇੱਕ ਉਹਦਾ ਬੇਟਾ ਚੋ ਅਤੇ ਫਰਦਰ ਕਾਰਵਾਈ ਕਿਸ ਤਰ੍ਹਾਂ ਦੀ ਰਹੇਗੀ ਜੀ ਆਹ ਦੇਖੋ ਹੁਣ ਉਹ ਬਿਆਨ ਸਾਨੂੰ ਦੇਣਗੇ ਜਿਸ ਤਰ੍ਹਾਂ ਦਾ ਵੀ ਉਹ ਹਾਲਾਤ ਬਣਨਗੇ ਅਸੀਂ ਤਾਂ ਮੌਕਾ ਦੇਖਿਆ ਹੋਇਆ ਔਰ ਉਹਨਾਂ ਨੂੰ ਵੀ ਚੈੱਕ ਕਰਾ ਕੇ ਉੱਥੋਂ ਆਸ ਪਾਸ ਤੋਂ ਪਤਾ ਕਰਕੇ ਜੋ ਕਾਰਵਾਈ ਬਣੂਗੀ 174 ਦੀ ਹੋਈ ਤਾਂ ਉਹ ਕਰਾਂਗੇ ਜੇ ਕੋਈ ਪਰਚਾ ਦਰਜ ਕਰਨਾ ਬਣਿਆ ਇਹ ਸੰਤੁਲਨ ਵਿਗੜਿਆ ਜਾਂ ਫਿਰ ਕਹਿ ਸਕਦੇ ਆ ਕਿ ਅਚਾਨਕ ਜਿਹੜਾ ਇਹ ਸਾਡੀ ਤਫਤੀਸ਼ ਦੇ ਮੁਤਾਬਕ ਜੋ ਅਸੀਂ ਮੌਕੇ 'ਤੇ ਵੇਖਿਆ ਜਿਹੜਾ ਇਹ ਫੌਜੀ ਜਿਹੜਾ ਚਲਾ ਰਿਹਾ ਸੀ ਕਾਰ ਉਹਦੀ ਕਾਰ ਜਿਹੜਾ ਸੰਤੁਲਨ ਵਿਗੜਨ ਕਾਰਨ ਪਿੱਛੇ ਵੀ ਟਕਰਾਈ ਹੈ ਔਰ ਅੱਗੇ ਵੀ ਇਹ ਜਾ ਕੇ ਜਿਹੜਾ ਸੰਤੁਲਨ ਵਿਗੜਨ ਕਾਰਨ ਟਰੱਕ 'ਚ ਵੱਜੀ ਠੀਕ
ਇਹ ਮੌਕੇ 'ਤੇ ਹੋ ਗਈ ਸੀਗੀ ਜੀ ਕਿ ਇੱਕ ਦੀ ਤਾਂ ਜਿਹੜੀ ਵਡੇਰੀ ਉਮਰ ਦੀ ਔਰਤ ਸੀਗੀ ਉਹਦੀ ਮੌਕੇ 'ਤੇ ਮੌਤ ਹੋ ਗਈ, ਬਾਕੀਆਂ ਦੀ ਰਸਤੇ ਦੇ ਵਿੱਚ ਗੰਗਾਨਗਰ ਇਲਾਜ ਲਈ ਲੈ ਕੇ ਜਾ ਰਹੇ ਸੀ, ਦੋਵਾਂ ਦੀ ਉੱਥੇ ਹੋ ਗਈ। ਹੁਣ ਫੌਜੀ ਆ ਜਿਹੜਾ ਡਰਾਈਵਰ ਆ ਉਹ ਸੀਰੀਅਸ ਆ। ਅਤੇ ਫੌਜੀ ਕਿੱਥੇ ਸੀਗਾ, ਕਿੱਥੇ ਲੱਗਿਆ ਹੋਇਆ ਸੀਗਾ ਫੌਜ ਦਾ, ਇਹਦਾ ਹੈ ਹਰੇ ਧਿਆਨ 'ਚ ਨਹੀਂਗਾ ਵੀ ਕਿੱਥੇ ਆ ਆਉਣ 'ਤੇ। ਰੋਂਦੇ ਹੋਏ ਆਓਗੇ ਤੇ ਹੱਸਦੇ ਹੋਏ ਜਾਓਗੇ, ਖੋਇਆ ਪਿਆਰ ਵਾਪਸ ਪਾਓ 24 ਘੰਟੇ ਦੇ ਅੰਦਰ, ਹਰ ਸਮੱਸਿਆ ਦਾ ਸਮਾਧਾਨ 101% ਗਰੰਟੀ ਦੇ ਨਾਲ। ਪੰਡਿਤ ਸੇਵਾ ਰਾਮ ਜੀ 98785-53-799, ਪਰੇਸ਼ਾਨੀ ਜਿਵੇਂ ਲਵ ਮੈਰਿਜ, ਮਨਚਾਹ ਪਿਆਰ, ਪਿਆਰ ਵਿੱਚ ਧੋਖਾ, ਵਿਆਹ ਵਿੱਚ ਦੇਰੀ, ਪਤੀ ਪਤਨੀ ਵਿੱਚ ਅਣਬਣ, ਵਸ਼ੀਕਰਨ ਕੀਤਾ ਕਰਾਇਆ, ਘਰ ਕਲੇਸ਼, ਵਿਦੇਸ਼ ਯਾਤਰਾ, ਬਿਮਾਰੀ ਵਿੱਚ ਦਵਾ ਦਾ ਨਾ ਲੱਗਣਾ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ, ਹੁਣੇ ਕਾਲ ਕਰੋ 98785-53-799।